ਚੋਰੀ ਕਰਦਾ ਚੋਰ ਕੈਮਰੇ ਦੇ ਵਿੱਚ ਕੈਦ ਹੋ ਗਿਆ ਤੇ ਇਹ ਚੋਰ ਕੋਈ ਹੋਰ ਨਹੀਂ ਬਲਕਿ ਕੰਪਨੀ ਦਾ ਹੀ ਡਰਾਈਵਰ ਹੈ ਜਿਸ ਕੰਪਨੀ ਨੇ ਇਸ ਨੂੰ ਰੋਜ਼ੀ ਰੋਟੀ ਦਿੱਤੀ ਤੇ ਇਸ ਕੰਪਨੀ ਦੇ ਵਿੱਚ ਹੀ ਇਸ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਇਸ ਨੇ ਰੇਡੀ ਮਿਕਸ ਕੰਕਰੀਟ ਪਲਾਂਟ ਦੇ ਵਿੱਚੋਂ 6,80,000 ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਚੋਰੀ ਦੀ ਇਹ ਸਾਰੀ ਘਟਨਾ ਹਿਡਨ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਸ਼ਿਕਾਇਤਕਰਤਾ ਪਰਵ ਅਗਰਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣਾ ਆਫਿਸ ਬੰਦ ਕਰਕੇ ਚਲਾ ਗਿਆ ਸੀ ਤੇ ਅਗਲੀ ਸਵੇਰ ਉਹਨਾਂ ਦੇ ਮੁਨਸ਼ੀ ਨੇ ਉਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਦਫ਼ਤਰ ਦੇ ਕਮਰੇ ਦਾ ਬਾਹਰ ਤੋਂ ਲੌਕ ਟੁੱਟਿਆ ਹੋਇਆ ਅਤੇ ਅੰਦਰ ਪਈ ਅਲਮਾਰੀ ਦੀ ਚਾਬੀ ਵੀ ਅਲਮਾਰੀ ਦੇ ਵਿੱਚ ਹੀ ਲੱਗੀ ਹੋਈ ਹੈ ਤੇ ਉਸਦੇ ਵਿੱਚੋਂ 6,80,000 ਰੁਪਏ ਗਾਇਬ ਸਨ, ਜਿਸ ਤੋਂ ਬਾਅਦ ਪੁਲਿਸ ਨੇ ਹਿਡਨ ਕੈਮਰੇ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ। ਪਰ ਕੰਪਨੀ 'ਚ ਕੰਮ ਕਰਨ ਵਾਲਾ ਡਰਾਈਵਰ ਜਿਸ ਨੇ ਚੋਰੀ ਕੀਤੀ ਹੈ ਉਹ ਹਜੇ ਫਰਾਰ ਚੱਲ ਰਿਹਾ, ਜਿਸ ਦੀ ਭਾਲ ਹੁਣ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਚੋਰੀ ਕਰਦਾ ਚੋਰ ਕੈਮਰੇ ਦੇ ਵਿੱਚ ਕੈਦ ਹੋ ਗਿਆ ਤੇ ਇਹ ਚੋਰ ਕੋਈ ਹੋਰ ਨਹੀਂ ਬਲਕਿ ਕੰਪਨੀ ਦਾ ਹੀ ਡਰਾਈਵਰ ਹੈ ਜਿਸ ਕੰਪਨੀ ਨੇ ਇਸ ਨੂੰ ਰੋਜ਼ੀ ਰੋਟੀ ਦਿੱਤੀ ਤੇ ਇਸ ਕੰਪਨੀ ਦੇ ਵਿੱਚ ਹੀ ਇਸ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਇਸ ਨੇ ਰੇਡੀ ਮਿਕਸ ਕੰਕਰੀਟ ਪਲਾਂਟ ਦੇ ਵਿੱਚੋਂ 6,80,000 ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਚੋਰੀ ਦੀ ਇਹ ਸਾਰੀ ਘਟਨਾ ਹਿਡਨ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਸ਼ਿਕਾਇਤਕਰਤਾ ਪਰਵ ਅਗਰਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣਾ ਆਫਿਸ ਬੰਦ ਕਰਕੇ ਚਲਾ ਗਿਆ ਸੀ ਤੇ ਅਗਲੀ ਸਵੇਰ ਉਹਨਾਂ ਦੇ ਮੁਨਸ਼ੀ ਨੇ ਉਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਦਫ਼ਤਰ ਦੇ ਕਮਰੇ ਦਾ ਬਾਹਰ ਤੋਂ ਲੌਕ ਟੁੱਟਿਆ ਹੋਇਆ ਅਤੇ ਅੰਦਰ ਪਈ ਅਲਮਾਰੀ ਦੀ ਚਾਬੀ ਵੀ ਅਲਮਾਰੀ ਦੇ ਵਿੱਚ ਹੀ ਲੱਗੀ ਹੋਈ ਹੈ ਤੇ ਉਸਦੇ ਵਿੱਚੋਂ 6,80,000 ਰੁਪਏ ਗਾਇਬ ਸਨ, ਜਿਸ ਤੋਂ ਬਾਅਦ ਪੁਲਿਸ ਨੇ ਹਿਡਨ ਕੈਮਰੇ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ। ਪਰ ਕੰਪਨੀ 'ਚ ਕੰਮ ਕਰਨ ਵਾਲਾ ਡਰਾਈਵਰ ਜਿਸ ਨੇ ਚੋਰੀ ਕੀਤੀ ਹੈ ਉਹ ਹਜੇ ਫਰਾਰ ਚੱਲ ਰਿਹਾ, ਜਿਸ ਦੀ ਭਾਲ ਹੁਣ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਚੋਰੀ ਕਰਦਾ ਚੋਰ ਕੈਮਰੇ ਦੇ ਵਿੱਚ ਕੈਦ ਹੋ ਗਿਆ ਤੇ ਇਹ ਚੋਰ ਕੋਈ ਹੋਰ ਨਹੀਂ ਬਲਕਿ ਕੰਪਨੀ ਦਾ ਹੀ ਡਰਾਈਵਰ ਹੈ ਜਿਸ ਕੰਪਨੀ ਨੇ ਇਸ ਨੂੰ ਰੋਜ਼ੀ ਰੋਟੀ ਦਿੱਤੀ ਤੇ ਇਸ ਕੰਪਨੀ ਦੇ ਵਿੱਚ ਹੀ ਇਸ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਇਸ ਨੇ ਰੇਡੀ ਮਿਕਸ ਕੰਕਰੀਟ ਪਲਾਂਟ ਦੇ ਵਿੱਚੋਂ 6,80,000 ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਚੋਰੀ ਦੀ ਇਹ ਸਾਰੀ ਘਟਨਾ ਹਿਡਨ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਸ਼ਿਕਾਇਤਕਰਤਾ ਪਰਵ ਅਗਰਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣਾ ਆਫਿਸ ਬੰਦ ਕਰਕੇ ਚਲਾ ਗਿਆ ਸੀ ਤੇ ਅਗਲੀ ਸਵੇਰ ਉਹਨਾਂ ਦੇ ਮੁਨਸ਼ੀ ਨੇ ਉਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਦਫ਼ਤਰ ਦੇ ਕਮਰੇ ਦਾ ਬਾਹਰ ਤੋਂ ਲੌਕ ਟੁੱਟਿਆ ਹੋਇਆ ਅਤੇ ਅੰਦਰ ਪਈ ਅਲਮਾਰੀ ਦੀ ਚਾਬੀ ਵੀ ਅਲਮਾਰੀ ਦੇ ਵਿੱਚ ਹੀ ਲੱਗੀ ਹੋਈ ਹੈ ਤੇ ਉਸਦੇ ਵਿੱਚੋਂ 6,80,000 ਰੁਪਏ ਗਾਇਬ ਸਨ, ਜਿਸ ਤੋਂ ਬਾਅਦ ਪੁਲਿਸ ਨੇ ਹਿਡਨ ਕੈਮਰੇ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ। ਪਰ ਕੰਪਨੀ 'ਚ ਕੰਮ ਕਰਨ ਵਾਲਾ ਡਰਾਈਵਰ ਜਿਸ ਨੇ ਚੋਰੀ ਕੀਤੀ ਹੈ ਉਹ ਹਜੇ ਫਰਾਰ ਚੱਲ ਰਿਹਾ, ਜਿਸ ਦੀ ਭਾਲ ਹੁਣ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।